ਠੀਕ ਹੈ ਜੀ। ਓਨਰ ਬਾਈ ਨਿਸ਼ਾਨ ਸਿੰਘ ਜੀ ਆ, ਨਿਸ਼ਾਨ ਸਿੰਘ ਬਾਈ ਹੋਰਾਂ ਦੀਆਂ ਪਹਿਲਾਂ ਵੀ ਵੀਡੀਓ ਜਿਹੜੀਆਂ ਦੋਸਤੋ ਆਪਾਂ ਆਪਣੇ ਚੈਨਲ ਦੇ ਉੱਪਰ ਅਪਲੋਡ ਕੀਤੀਆਂ ਨੇ, ਤਕਰੀਬਨ ਅੱਜ ਤੀਜੀ ਵੀਡੀਓ ਹੈਗੀ ਆਪਣੀ ਇਸ ਘਰ ਤੋਂ, ਠੀਕ ਆ। ਪਸ਼ੂ ਅੱਜ ਨੋਰਮਲ ਜਿਹੜੀਆਂ ਹੈਗੀਆਂ ਵਹਿੜਾਂ ਆਪਾਂ ਤੁਹਾਨੂੰ ਦਿਖਾ ਦਾਂਗੇ, ਪੰਜ ਨਾਗ ਹੋਣਗੇ ਵਹਿੜਾਂ, ਇੱਕ ਜਿਹੜੀ ਆ ਦੋਸਤੋ ਝੋਟੀ ਆਪਾਂ ਤੁਹਾਨੂੰ ਲਾਸਟ 'ਤੇ ਦਿਖਾਵਾਂਗੇ, ਠੀਕ ਆ ਜੀ। ਅਤੇ ਟੋਕੜ ਗੱਬਣ AI ਹੋਈ ਆ, ਕਿੰਨੇ ਸਮੇਂ ਦੀ AI ਹੋਈ ਆ, ਪ੍ਰੋਪਰ ਗੱਲਬਾਤ ਜਿਹੜੀ ਹੈਗੀ ਆਪਾਂ ਭਾਅ ਜੀ ਹੁਣ ਨਾਲ ਕਰਕੇ ਇਨਫੋਰਮੇਸ਼ਨ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਆਓ ਕਰਦੇ ਹਾਂ ਗੱਲਬਾਤ, ਪੁੱਛਦੇ ਹਾਂ ਕੀ ਡਿਟੇਲ ਇਹਨਾਂ ਵਹਿੜਾਂ ਦੀ ਅੱਜ। ਸਭ ਤੋਂ ਪਹਿਲਾਂ ਭਾਅ ਜੀ ਨਿਸ਼ਾਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਭਾਈ ਰਾਜ ਠੀਕ ਠਾਕ ਸਾਹਿਬ? ਬਹੁਤ ਵਧੀਆ ਭਾਅ ਜੀ, ਮੇਰੇ ਜਿਹੜੇ ਭੈਣ ਭਰਾ ਯੂਟਿਊਬਰ ਹੈ ਸਾਰੇ ਚੈਨਲ ਵੇਖਣ ਵਾਲੇ ਰਾਜ ਸੰਧੂ ਫਾਰਮ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜਿਨ੍ਹਾਂ ਵੀਰਾਂ ਨੇ ਇੰਨੀਆਂ ਕੌਲਾਂ ਕੀਤੀਆਂ, ਤੁਹਾਡਾ ਵੀ ਧੰਨਵਾਦ ਪਹਿਲੀਆਂ ਵੀਡੀਓ 'ਤੇ ਕੀਤਾ ਵੀ ਵਧੀਆ ਰੇਟ ਆ ਅਤੇ ਵਧੀਆ ਡੰਗਰ ਆ, ਉਹਨਾਂ ਦਾ ਵੀ ਵੀਰਾਂ ਦਾ ਧੰਨਵਾਦ ਤਹਿ ਦਿਲੋਂ ਹੈ। ਬਿਲਕੁਲ ਜੀ, ਬਿਲਕੁਲ ਬਿਲਕੁਲ ਅਤੇ ਬਿਲਕੁਲ ਡੰਗਰ ਸਾਫ਼ ਸੁਥਰਾ ਹੁੰਦਾ ਅਤੇ ਰੇਟ ਵੀ ਆਪਣਾ ਬਿਲਕੁਲ ਜਾਇਜ਼ ਜਿਹਾ ਹੀ ਹੁੰਦਾ ਵਾ, ਉਹਨਾਂ ਕੀ ਪਾਈਦਾ ਜਿੰਨਾ ਕੁ ਦੇ ਦਈਏ। ਬਿਲਕੁਲ, ਪਹਿਲੇ ਵੀ ਡੰਗਰ ਜਿਹੜੇ ਸਾਰੇ ਗਰੰਟੀ ਦੇ ਗਏ, ਮਤਲਬ ਆਪਾਂ ਨੂੰ ਕਿਸੇ ਨੇ ਘਰ 'ਚ ਆ ਕੇ ਚੋ ਕੇ ਨਹੀਂ ਗਾਂ ਖੜੇ। ਠੀਕ ਹੈ ਜੀ, ਹਾਂਜੀ ਬਿਲਕੁਲ। ਅੱਛਾ ਅੱਜ ਕੱਲ੍ਹ ਵੀਡੀਓ ਤਾਂ ਸਾਰਿਆਂ ਵੇਖਣੀ, ਜਿਨ੍ਹਾਂ ਨੇ ਅੱਗੇ ਡੰਗਰ ਖੜੇ ਉਹਨਾਂ ਵੀ ਵੇਖਣੀਆਂ ਹੀ ਆ। ਬਿਲਕੁਲ, ਹਾਂਜੀ ਬਿਲਕੁਲ, ਸਹੀ ਗੱਲ ਆ। ਅੱਜ ਭਾਜੀ ਨਿਸ਼ਾਨ ਸਿੰਘ ਕਿੰਨੇ ਪਸ਼ੂ ਬਗਾਊ ਆਪਣੇ? ਆਪਣੇ ਕੋਲ ਅੱਜ 3 ਤੇ ਵਹਿੜਾਂ ਵਾਂ ਬੱਚੇ ਵਾਲੀਆਂ, ਹਾਂਜੀ ਦੋ ਮਤਲਬ ਟੋਕੜਾ ਵਾ, ਇੱਕ ਤੇ ਟੋਕੜ ਮਤਲਬ ਗੱਬਣ ਲਾਓ ਤੁਸੀਂ, 50 ਦਿਨ ਹੋ ਗਏ ਚੈੱਕ ਨਹੀਂ ਕਰਾਈ, 6 ਮਾਝ ਹੈ ਟੋਕੜ। ਠੀਕ ਹੈ ਜੀ, ਹਾਂ 6 ਨਾ ਗਿਆ ਜੀ ਆਪਣੇ, 6 ਨਾ ਗਿਆ ਜੀ ਟੋਟਲ। ਤੇ ਪਹਿਲੇ ਨੰਬਰ ਤੇ ਭਾਜੀ ਇਹ ਸਾਹਮਣੇ ਵਹਿੜ ਕੀ ਡਿਟੇਲ ਹੈ ਜੀ? ਇਹ ਪਹਿਲਾ ਸੂਆ ਸੂਈ ਹੈ, ਹਾਂਜੀ ਅੱਜ ਮਤਲਬ 11-12 ਦਿਨ ਹੋ ਗਏ ਸੂਈ ਨੂੰ, ਹਾਂਜੀ ਤੇ 16 ਕਿਲੋ ਇਹ ਹੋਲੇ ਬਿਲਕੁਲ ਨੈਟ ਤਿਆਰ, 17 ਹੋਊਗਾ ਪਰ 16 ਕਹੀ ਹੈ, ਠੀਕ ਹੈ ਕੰਟੇ ਨਾਲ ਜੋ ਕੇ। ਠੀਕ ਹੈ ਜੀ, ਮਤਲਬ ਬਿਲਕੁਲ ਜਿਹੜਾ ਤਿਆਰ, ਮਤਲਬ ਕੀ ਹੈ 17 17 ਦਾ ਪਰ 16 ਕਿਉਂ? ਅੱਗੇ ਅੱਗੇ ਵੀ ਗਰੰਟੀ ਨਾਲ ਗਈਆਂ ਉਹਨਾਂ ਜਿਹੜੀ ਉਹ ਪਹਿਲਾਂ ਵਹਿੜੀ, ਉਹ ਵੀ ਉਹਨੇ ਵੀਰ ਨੇ ਫੋਨ ਤੀਜੇ ਦਿਨ ਕੀਤਾ ਧੰਨਵਾਦ ਵੀ ਕੀਤਾ ਨੇ ਕਿ ਸੱਜਣਾ 17 ਕਿਲੋ ਦੁੱਧ ਤੂੰ 16 ਕਹੇ ਤੇਰਾ ਧੰਨਵਾਦ ਹੈ, ਕਿਉਂ ਵੀਡੀਓ ਤਾਂ ਸਾਰਿਆਂ ਭੈਣ ਭਰਾਵਾਂ ਵੇਖਣੀ ਵੇਖਣੀ। ਬਿਲਕੁਲ, ਹਾਂਜੀ ਤੇ ਕਿਉਂ ਇਹਦੇ 'ਚ ਇਹ ਵੀ ਅਗਲੇ ਦੇ ਘਰ ਦਾ ਠੰਡੀ ਧੀਰੀ ਬਿਲਕੁਲ ਓਕੇ, ਨਾ ਇਹਨੂੰ ਕੋਈ ਮਤਲਬ ਕਿਸੇ ਗੱਲ ਦੀ ਕੋਈ ਪ੍ਰੋਬਲਮ ਨਹੀਂ। ਅੱਛਾ, ਬੱਚਾ ਥੱਲੇ ਤੇ ਕੀ ਆ ਗਿਆ ਜੀ? ਹਾਂਜੀ ਮੇਲ ਕਾਫ ਕਿ ਬੱਚਾ? ਬੱਚਾ ਦੇ ਮਤਲਬ ਬੱਚਾ, ਹਾਂਜੀ ਠੀਕ ਹੈ ਮੇਲ ਕਾਫ। ਤੇ ਦਿਨ ਕਿੰਨੇ ਦੱਸਿਆ ਨੇ ਸੂਈ ਨੂੰ? ਇਹਨੂੰ 12-13 ਦਿਨ, 12-13 ਦਿਨ ਅਜੇ ਮੈਲੇ ਤੇ ਨਹੀਂ ਸ਼ੁਰੂ ਹੋਏ। ਠੀਕ ਹੈ ਜੀ, ਲਓ ਵੀ ਦੋਸਤੋ ਬਾਕੀ ਆਹ ਥਣ ਲੇਵਾ ਹੈਗਾ, ਠੀਕ ਆ। ਤੇ ਪਹਿਲਾਂ ਬੱਚੀ ਸੂਈ ਹੈ, ਠੀਕ ਆ, ਤੇ ਬੱਚਾ ਸਾਡੇ ਮੇਲ ਕਾਫ ਹੈਗਾ। ਤੇ 17 ਲੀਟਰ ਦੀ ਜਿਹੜੀ ਥੱਲੇ ਮਿਲਕਿੰਗ ਆ, ਬਾਕੀ ਤੁਸੀਂ 16 ਮੰਨ ਕੇ ਜਿਹੜਾ ਸੌਦਾ ਕਰ 16 ਲੀਟਰ ਬਿਲਕੁਲ ਭਾਵੇਂ ਗਰੰਟੀ ਨਾਲ ਮੰਗਾ ਲੈ ਕੇ। ਠੀਕ ਹੈ ਜੀ, ਕੰਡੇ ਨਾਲ ਤੋੜ ਕੇ ਉਤਰਾ ਨਹੀਂ, ਠੀਕ ਹੈ, ਵਾਫਰ ਨਹੀਂ, ਲੋ ਦਾ ਕੋਪ, ਠੀਕ ਹੈ ਜੀ। ਆਹ ਥਣ ਲੇਵਾ ਤੇ ਸਾਈਜ਼ ਜਿਹੜਾ ਥਣਾਂ ਦਾ ਹੈਗਾ 254 ਦਾ, ਬਿਲਕੁਲ ਤੁਹਾਡੇ ਸਾਹਮਣੇ ਮੁੱਠੀ ਵਾਲੇ ਥਣ ਨੇ, ਠੀਕ ਹੈ। ਤੇ ਚਵਾਈ ਚੰਗੀ ਨੋਰਮਲ ਹੁੰਦੀ ਆ ਜੇਕਰ ਥਣ ਆ ਬੱਚਾ ਵੀ ਬਿਲਕੁਲ ਤਾਜ਼ਾ, ਠੀਕ ਹੈ। ਆਹ ਸਾਹਮਣੇ ਮੇਲ ਕਾਫ ਹੈ, ਠੀਕ ਹੈ, ਬਿਲਕੁਲ ਤਾਜ਼ਾ 12-13 ਦਿਨ ਦੇ ਦੌਰਾਨ ਜਿਹੜੀ ਹੈ 12-13 ਦਿਨ ਹੋ ਗਏ ਆ, ਆਪਾਂ 12-13 ਹੀ ਦੱਸਦੇ ਹਾਂ, ਠੀਕ ਹੈ ਜੀ। ਤੋਰ ਕੇ 6 ਦਿਨ ਆ ਕੇ ਫਿਰ ਬੰਦਾ ਵਧੀਆ ਨਹੀਂ ਲੱਗਦਾ ਜੀ, ਸਹੀ ਹੈ ਜੀ, ਹਾਂ ਉਹ ਸਾਫ਼ ਸੁਥਰਾ ਕੰਮ, ਉਹ ਸਾਫ਼ ਸੁਥਰਾ ਚੱਲਦਾ, ਇਹਨੂੰ ਅਜਾ ਉੱਤੇ ਫੇਸ ਕੁਆਲਿਟੀ ਦੀ ਉਹ ਵੀ ਬਹੁਤ ਵਧੀਆ ਜੀ, ਆ ਦੇਖੋ ਬਿਲਕੁਲ ਵਧੀਆ ਵੀ ਸਾਫ਼ ਸੁਥਰੀ ਬੱਚੀ ਸਾਰੀ ਟੋਟਲ। ਠੀਕ ਆ, ਫਿਰ ਬਿਲਕੁਲ ਠੰਡੀ, ਲੱਤ ਛੱਡਣ ਦਾ ਕੋਈ ਮਤਲਬ ਨਹੀਂ, ਲੋ ਵੀ ਠੀਕ ਆ, ਸੀਲ ਸਲੱਗ ਪੁਣਾ ਪੂਰਾ ਹੈਗਾ ਬੈੱਡ ਦੇ ਵਿੱਚ ਅਤੇ ਠੰਡੀ ਧੀਰੀ ਆ। ਅੱਛਾ, ਅਤੇ ਨਾਲ ਹੀ ਭਾਅ ਜੀ ਇੱਕ ਮੁੱਲ ਡਿਮਾਂਡ ਕਿੰਨੀ ਜੀ ਫਿਰ? ਮੁੱਲੇ ਦਾ ਭਾਵੇਂ ਆਪਾਂ ਵੀਰ ਜੀ 56 ਕਰੀਏ 57 ਕਰੀਏ, 53,000 ਦੀ ਆਪਾਂ ਹਾਂ ਨਾ ਵੱਛੀ ਦਿਆਂਗੇ, 53 ਕੋਈ ਮਾਨਤਾ ਨਹੀਂ ਆ ਭੈਣ ਭਰਾ ਦਾ ਕਿਸੇ ਦਾ ਸੱਜਣ ਦਾ ਕਰਾਂਗਾ, ਠੀਕ ਆ ਜੀ। 16 ਕਿਲੋ ਬਿਲਕੁਲ ਭਾਵੇਂ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ, ਅਗਲੇ ਨਾ ਅਗਲਾ ਥਾਣ ਬਰੋਬਰ ਮਗਲੇ ਨਾ ਮਗਲਾ, ਠੀਕ ਆ ਜੀ। ਲਓ ਵੀ ਦੋਸਤੋ ਪਹਿਲਾਂ ਵੱਛੀ ਆਪਾਂ ਤੁਹਾਨੂੰ ਦਿਖਾਈ ਆ,
ਤੇ ਪ੍ਰੋਪਰ ਜਿਹੜੀ ਆ ਥਣ ਦੇਵੇ ਦੀ ਬਹੁਤ ਜ਼ਿਆਦਾ ਸਫਾਈ ਆ, ਠੀਕ ਆ, ਬਿਲਕੁਲ ਠੰਡੀ ਨਹੀਂ ਬੜੀ, ਇਹ ਨਹੀਂ ਗੱਲ ਵੀ ਕੋਈ ਲੱਤ ਛੜ ਮਾਰੇ ਜਾਂ ਕਿਤੇ ਕੁਛ ਨਹੀਂ। ਲਓ ਜੀ, ਠੀਕ ਹੈ, ਇਸ ਤੋਂ ਬਾਅਦ ਅਗਲੀ ਭਾਜੀ ਇਸ ਬੈਡ ਦੀ ਕੀ ਡਿਟੇਲ ਆ ਜੀ? ਇਹ ਵੀ ਪਹਿਲਾ ਸੂਆ ਹੈ, ਪਹਿਲਣੀ ਹੈ, 20 ਦਿਨ ਹੋ ਗਏ, 20 ਤੋਂ 25 ਦਿਨ ਹੋ ਗਏ ਸੂਈ ਨੂੰ, ਠੀਕ ਹੈ ਜੀ, ਤੇ 12 ਕਿਲੋ ਇਹ ਵਾਲੇ ਬਿਲਕੁਲ ਠੰਡਾ ਧੀਰਾ ਦੁੱਧ, ਇਹ ਵੀ ਠੰਡੀ ਧੀਰੀ ਸਾਫ਼ ਬਿਲਕੁਲ, ਠੀਕ ਹੈ, 12-13 ਕਿਲੋ ਆ, 12 ਕਿਲੋ ਲਾਓ ਨੈਟ, ਮਗਰ ਵੱਛੀ ਆ, ਮਗਰ ਵੱਛੀ ਆ, ਹਾਂ 20 ਦਿਨ ਹੋ ਗਏ ਸੂਈ, 20 ਦਿਨ ਹੋ ਗਏ ਸੂਈ, ਭਾਇਆ ਪਹਿਲਣੀ ਵੀ ਹੈ, ਪਹਿਲਣੀ ਵੀ, ਪਹਿਲਣੀ ਬਿਲਕੁਲ। ਕੱਦ ਕਾਠੀ ਜਿਹੜਾ ਦੋਸਤੋ ਇਸ ਬੈਡ ਦਾ ਵੀ ਉੱਚਾ ਹੈਗਾ, ਠੀਕ ਹੈ, ਫੁੱਲ ਹਾਈਟ ਆ, ਹਾਈਟ ਲੈਂਥ ਤੁਸੀਂ ਵੇਖੋਗੇ ਪੂਰੀ ਹੈ, ਤੇ ਹਵਾਨੇ ਦੀ ਕੁਆਲਿਟੀ ਆ ਵੇਖ ਸਕਦੇ ਹੋ ਤੁਸੀਂ, 20 ਦਿਨ ਦਾ ਸਮਾਂ ਤੇ 13 ਲੀਟਰ 12 ਤੋਂ 13 ਲੀਟਰ ਦੀ ਜਿਹੜੀ ਮਿਲਦੀ ਹੈ, 12 ਲੀਟਰ ਬਿਲਕੁਲ ਨੈਟ ਆਣਾ, ਠੀਕ ਹੈ, ਜਿਹੜਾ ਕਿ ਕੰਡੇ ਨਾਲ ਤੋੜ ਲਵੇ 6 ਲੀਟਰ ਡੰਗ ਦਾ, ਤੇ ਠੰਡੀ ਧੀਰੀ ਇਹ ਵੀ ਪੂਰੀ, ਠੀਕ ਆ, ਮਗਰ ਫੀਮੇਲ ਆ, ਵੱਛੀ ਹੈ, ਵੱਛੀ ਹੈ, ਠੀਕ ਹੈ ਜੀ, ਤੋੜ ਦਈਏ ਜੀ, ਠੀਕ ਆ, ਫੁੱਲ ਹਾਈਟ ਆ, ਕੱਦ ਪੂਰਾ ਹੈਗਾ ਬੈਡ ਦਾ, ਬਾਕੀ ਥਣ ਦਾ ਸਾਈਜ਼ ਚੰਗਾ, ਕੰਪੈਕਟ ਆਰਡਰ ਆ, ਬਿਲਕੁਲ ਫਿਕਸ ਆਰਡਰ ਆ, ਠੰਡੀ ਇਹ ਵੀ ਰਾਜ ਭਾਜੀ, ਬਿਲਕੁਲ ਠੰਡੀ, ਵੇਖੋ ਆ, ਵੇਖੋ ਜੀ, ਜੇ ਰੱਸੀ ਪਾਉਣੀ ਰਾਤ ਦੀ ਮਰਜ਼ੀ ਪਾ ਲਵੇ, ਨਹੀਂ ਪਾਉਣੀ ਤਾਂ ਵੀ ਕੋਈ, ਬਿਲਕੁਲ ਵੀ ਮਤਲਬ ਠੰਡੀਆਂ ਬੈਡ, ਬਿਲਕੁਲ, ਇਹ ਨਹੀਂ ਵੀ ਉਹ ਲੱਤ ਛਾੜਾ ਲਾ ਕੋਈ ਕੰਮ ਨਹੀਂ ਗਾ, ਠੀਕ ਹੈ ਜੀ, ਇਸ ਕੁਆਲਿਟੀ ਵੀ ਬਿਲਕੁਲ ਓਕੇ, ਵੱਡੀ ਪੂਰੀ ਬੈਡ ਹੈ, ਠੀਕ ਆ, ਫੁੱਲ ਹਾਈਟ ਦੀ ਆ, ਵੀ ਕੋਈ ਵੀਰ ਇਹ ਨਾ ਸੋਚਿਆ ਵੀ ਹੈ ਨਾ ਵੀ ਛੋਟੀ ਜੀ ਹਾਈਟ, ਫੁੱਲ ਹਾਈਟ ਆ ਬੈਡ, ਇਹ ਵੀ ਪਹਿਲਣ, ਪਹਿਲੇ ਨੰਬਰਾਂ ਲਈ ਦਿਖਾਈ, ਉਹ ਵੀ ਪਹਿਲਣ ਆ, ਦੂਜੇ ਨੰਬਰ ਸੈਕਿੰਡ 'ਤੇ ਦਿਖਾਈ ਆ, ਇਹ ਵੀ ਪਹਿਲੇ ਸੂਬੇ ਸੂਈ ਆ, ਅਤੇ ਬੱਚਾ ਮੈਂ ਤੁਹਾਨੂੰ ਜਿਹੜੀ ਹੈਗੀ ਆ ਫੀਮੇਲ ਉਹ ਦਿਖਾ ਦਿੰਦਾ ਜੀ, ਠੀਕ ਹੈ, ਆਹ ਬੱਚੀ ਇਹਦੇ ਥੱਲੇ, ਦੂਜੇ ਨੰਬਰ 'ਤੇ ਜਿਹੜੀ ਆਪਾਂ ਤੁਹਾਨੂੰ ਪਹਿਲੇ ਬੈਡ ਦਿਖਾਈ ਆ, ਪਹਿਲੇ ਸੂਬੇ, ਆਹ ਜਿਹੜੀ ਫੀਮੇਲ ਕਾਫ ਆ, ਬੱਚੀ ਆ, 20 ਕੁ ਦਿਨਾਂ ਦਾ ਸਮਾਂ ਹੋ ਗਿਆ, ਠੀਕ ਹੈ, ਆਹ ਬੱਚੀ ਆ, ਠੀਕ ਹੈ, ਅਤੇ ਪਹਿਲੇ ਆਹ ਬੱਚਾ ਬੱਚਾ ਪਹਿਲਾਂ ਦਾ ਬੱਚਾ, ਆਹ ਬੱਚਾ ਸੀ ਮੈਂ ਪਹਿਲਾਂ ਵੀ ਦਿਖਾ ਦਿਆ, ਬਾਕੀ ਬੱਚਾ ਜਿਹੜਾ ਹੈਗਾ ਫੀਮੇਲ ਭਾਈ ਦੂਜੀ ਮਗਰ ਅਤੇ ਪਹਿਲੀ ਮਗਰ ਦਾ ਮੇਲ ਕਾਫ, ਆ ਜਾਓ ਜੀ, ਠੀਕ ਹੈ, ਅਤੇ ਮੁੱਲ ਭਾਜੀ ਫਿਰ ਇਹਦਾ ਕਿੰਨੀ ਡਿਮਾਂਡ ਆ ਜੀ? ਮੁੱਲ ਭਾਜੀ ਦਾ ਭਾਵੇਂ 40 ਕਰਕੇ 42 ਕਰਕੇ, ਹਾਂਜੀ, ਇਹ ਆਪਾਂ 37,000 ਦੀ ਬੈਡ ਦੇਵਾਂਗੇ, 37, ਹਾਂ ਵੀ ਬਿਲਕੁਲ ਜੋ ਪ੍ਰਾਈਸ ਬਿਲਕੁਲ ਜਾਇਜ਼ ਜਿਹਾ ਰੱਖੀਏ, ਤੇ ਜਾਇਜ਼ ਨਾ ਕੋਈ ਭੈਣ ਭਰਾ ਜਿਹੜਾ ਵੀ ਮਤਲਬ ਮੁੜ ਕੇ ਜ਼ਿਆਦਾ ਸਤਾਵੇ ਨਾ ਅਗਲਾ, ਹੈ ਬਿਲਕੁਲ ਬਿਲਕੁਲ ਵੱਡੀ ਪੂਰੀ ਮੇਰੇ ਕੋਲ ਵੀ ਖਲੋਤੇ ਪੂਰੀ ਵੱਡੀ ਬੈਡ ਹੈ, ਠੀਕ ਹੈ, ਫੁੱਲ ਵੱਡੀ ਹਾਈਟ ਆ, 37,000 ਦੀ ਬੈਡ ਆ, ਤੇ 12-13 ਲੀਟਰ ਦੀ ਮਿਲਕਿੰਗ ਇਸ ਦੇ ਥੱਲੇ ਹੈਗੀ ਆ, ਜ਼ਿਆਦਾ ਕਰੂਗੀ ਆਪਣੇ ਕੋਲ ਕੱਲ ਆਈ ਹੈ ਜੀ, ਰੁਲੀ ਹੈ ਤੁਹਾਨੂੰ ਪਤਾ ਹੀ ਹੈ, ਕੱਲ ਆਈ ਹੈ ਦੁੱਧ 15-14-15 ਕਿਲੋ ਚਵਾਉਗੀ ਜੀ, ਹਾਂ ਲੋ ਵੀ ਮਤਰੋ ਬਿਲਕੁਲ ਸਾਫ ਸੁਥਰੀ, ਵੇਖੋ ਪੂਰੀ ਆਰਡਰ ਦੀ ਕੁਆਲਿਟੀ ਚੰਗੀ ਆ, ਬੈਡਾਂ ਦੋਵੇਂ ਚੰਗੀਆਂ, ਬਿਲਕੁਲ ਪਹਿਲਣਾ ਬੈਡਾਂ ਨੇ, ਪਹਿਲੇ ਦੂਜੇ ਨੰਬਰ 'ਤੇ ਦਿਖਾ ਦਿੱਤੀਆਂ ਨੇ, ਤੇ ਅੱਗੇ ਤੀਜੇ ਨੰਬਰ 'ਤੇ ਬੈਡ ਆ, ਜਿਹੜੀ ਵੇਰਵਾ ਪਾ ਕੇ ਬੇਸ਼ੱਕ ਤੁਸੀਂ ਗੱਲ ਕਰ ਲਿਓ, ਇਹ ਵੀ ਬੈਡ ਤਾਜ਼ੀ ਸੂਈ ਹੈ ਜੀ? ਨਹੀਂ ਇਹ 1.5 ਮਹੀਨੇ ਤੋਂ 2 ਮਹੀਨਿਆਂ ਦੇ ਵਿੱਚ ਸੂਈ ਆ, ਠੀਕ ਆ, ਤੇ 11 ਕਿਲੋ ਦੁੱਧ ਦੇ ਥੱਲੇ ਆ, ਤੇ ਤੀਜਾ ਸੂਆ ਜੀ, ਤੀਜਾ ਸੂਆ ਆਪਾਂ ਵੀ ਦੂਜੇ ਆ ਕੇ ਵੇਚ ਲਈਏ, ਪਰ ਹੈ ਤੀਜਾ, ਤੇ ਇਹ ਵੀ ਠੰਡੀ ਧੀਰੀ ਬਿਲਕੁਲ ਵਧੀਆ ਓਕੇ, ਮਤਲਬ ਕੋਈ ਇਹਨੂੰ ਲੱਤ ਛੜਾ ਡੰਗਰ ਨਹੀਂ ਆਪਾਂ ਲੈਂਦੇ, ਠੀਕ ਆ, ਹਾਂਜੀ, ਤੇ 1.5 ਮਹੀਨਾ ਹੋ ਗਿਆ, ਹਾਂ 1.5 ਮਹੀਨਾ, ਵੱਛੀ ਮਗਰ ਇਹਦੇ, ਵੱਛੀ ਮਗਰ ਦਾ ਦੁੱਧ ਕਿੰਨਾ ਹਾਜ਼ਰ ਆ ਜੀ? ਇਹਦੇ ਥੱਲੇ 11 ਲੀਟਰ, 11 ਲੀਟਰ, ਠੀਕ ਆ, 11 ਲੀਟਰ ਬੈਡ ਵੱਡੀ ਆ, ਫਾਇਰ ਫਾਰਮ ਵਾਲੀ ਬੈਡ, ਗੱਲ ਕੋਈ ਨਹੀਂ, ਇਹਨੂੰ ਬੈਡ ਫਾਰਮ ਵਾਲੀ ਵੱਡੀ ਆ, ਸਾਂਭੀ ਨਹੀਂ ਕਿਸੇ ਨੇ, ਬਾਕੀ ਸਾਫ ਪੂਰੀ, ਤੋੜ ਦਈਏ ਭਾਜੀ ਇਹਨੂੰ ਵੀ, 12-13 ਦੁੱਧ ਹੈਗਾ ਜੀ, 11 ਕਿਲੋ ਖੁੱਲਾ ਡੁੱਲਾ ਲਾਓ ਉਹਨਾਂ ਨੂੰ, 11 ਕਿਲੋ ਨੈਟ ਜਿਹੜਾ ਕਿਸੇ ਧਾਰ ਨਾ ਮਾਰਦੇ, ਕੋਈ ਭੂਰ ਨਹੀਂ, ਕੋਈ ਛੱਡਾ ਨਹੀਂ, ਠੀਕ ਹੈ ਜੀ, 11 ਕਿਲੋ ਤਾਂ ਜਿਹੜਾ ਤੁਸੀਂ ਦੋਸਤੋ ਮੰਨ ਕੇ ਸੌਦਾ ਕਰ ਲਿਓ, ਠੀਕ ਹੈ, ਤੇ ਬੇਸ਼ੱਕ ਦੁੱਧ ਪਾਈ ਜਾ, 1/2 ਕਿਲੋ ਖੰਡ ਵੱਧ ਹੀ ਹੋਵੇਗਾ, ਇਹ ਕੱਲ ਆ ਜੇ ਮੈਂ 2 ਡਾਂਗਾ ਉਹਦੇ ਘਰ ਚੋੜੀ ਆ, ਹੂੰ, ਫਿਰ ਇਹਨੂੰ ਬਿਲਕੁਲ ਚੋਗ ਕੇ ਨਾ, ਹੂੰ, ਤਸੱਲੀ ਨਾਲ, ਕੋਈ ਭੂਰ ਨਹੀਂ, ਕੋਈ ਛੱਡਾ ਨਹੀਂ, ਕੋਈ ਮਤਲਬ ਜੂੜਨੇ ਨੂੰ ਪਾਉਂਦੀ, ਰੱਸੀ ਪਾਉਣ ਦੀ ਵੀ ਜ਼ਰੂਰਤ ਨਹੀਂ, ਵੇਖ ਕੀ ਕਰਦੀ ਹੈ, ਥੋੜਾ ਪੱਕੇ ਦਾ ਕਰਦੀ ਹੈ, ਪੱਕੇ ਦਾ ਕਰਦੀ ਹੈ, ਇੱਟਾਂ ਦਾ ਕਰਦੀ ਹੈ, ਤੁਹਾਨੂੰ ਪਤਾ ਜਦੋਂ ਸੇਵਾ ਨਹੀਂ ਕੀਤੀ ਤੇ, ਹੂੰ,
ਜੱਟੀ ਬੈਠ ਏਡੀ ਨਾ ਰਾਸ਼ਨ ਪਾਣੀ ਲੋ ਟੁੱਟੀ ਪਈ ਬਿਲਕੁਲ ਜੀ ਠੀਕ ਆ ਫੁੱਲ ਹਾਈਟ ਆ ਦੋਸਤੋ 11 ਕਿਲੋ ਮੰਨ ਕੇ ਤੁਸੀਂ ਸੌਦਾ ਕਰ ਲਿਓ ਮਗਰ ਵੱਛੀ ਆ ਠੀਕ ਆ ਵੈਟ ਦੇ ਥੱਲੇ ਜਿਹੜਾ ਬੱਚਾ ਹੈਗਾ ਉਹ ਵੱਛੀ ਆ ਫੀਮੇਲ ਕਾਫ ਠੀਕ ਆ ਥਣ ਲੇਵੀ ਦੀ ਬਿਲਕੁਲ ਪੱਧਰ ਜਿਹੜਾ ਦੋਸਤੋ ਲੇਵਾ ਵਿਖਾਉਂਦੀ ਆ ਥਣ ਥੁਣ ਦਾ ਜਿਹੜਾ ਸਹਿਜ ਆ ਬਿਲਕੁਲ ਮੁੱਠੀ ਜਿਹੜਾ ਅਤੇ ਲੇਵਾ ਪੱਧਰ ਵਿਖਾਉਂਦੀ ਆ ਠੀਕ ਆ ਵੱਡੀ ਫਾਰਮ ਵਾਲੀ ਵੈਟ ਤੁਸੀਂ ਮੰਨ ਕੇ ਇਹਦਾ ਸੌਦਾ ਕਰ ਸਕਦੇ ਜੀ 11 ਲੀਟਰ ਠੀਕ ਆ 11 ਲੀਟਰ ਅਤੇ ਚਵਾਈ ਚਵੂਈ ਇੱਕ ਨੰਬਰ ਆ ਜੀ ਬਿਲਕੁਲ ਕੋਈ ਭੂਰ ਨਹੀਂ ਕੋਈ ਛੱਟਾਂ ਨਹੀਂ ਕਿਸੇ ਥਾਂ 'ਚ ਕੋਈ ਧਾਰ ਘੱਟ ਵੱਧ ਰਹੋ ਕਿਸੇ ਵੀ ਗਾਂ ਦੇ ਠੀਕ ਹੈ ਜੀ ਹਾਂ ਮਤਲਬ ਇਹ ਨਹੀਂ ਵੀ ਇਹਦੇ ਇਕੱਲੀ ਦੇ ਸਾਰੀਆਂ ਦੇ ਮੁੱਲ ਭਾਅ ਜੀ ਕਿੰਨੇ ਦਾ ਮੋਲੇ ਦਾ ਆਪਾਂ ਕਰੀਏ ਭਾਵੇਂ 32 ਭਾਵੇਂ 33 ਕਰੀਏ ਇਹ 29,000 ਦੀ ਗਾਂ ਦਿਆਂਗੇ 29,000 ਬਿਲਕੁਲ ਜਾਇਜ਼ ਜੋ ਜੇ ਬਿਲਕੁਲ ਜਾਇਜ਼ ਕਿਉਂ ਜਾਇਜ਼ ਹੀ ਲਈਦੀਆਂ ਤੇ ਜਾਇਜ਼ ਹੀ ਦੇਣੀਆਂ ਬਿਲਕੁਲ ਬਾਕੀ ਆ ਫੇਸ ਕੁਆਲਿਟੀ ਵੇਖੋ ਸਾਰੀ ਸੋਹਣੀ ਹੈ ਠੀਕ ਹੈ ਜੀ ਬਾਕੀ ਕਿਸੇ ਨਾ ਸੇਵਾ ਜਿਹਨੇ ਕੀਤੀ ਉਹਦੇ ਕੋਲ ਰਹਿ ਗਈ ਕਿਤੇ ਚੀਜ਼ ਤੇ ਸੇਵਾ ਸੁਭਾ ਦੇ ਵਿੱਚ ਪੂਰੀ ਹੁੰਦੀ ਤੇ ਬੈਠ ਦਾ ਜਿੱਡਾ ਕੱਦ ਘਾਟ ਠੀਕ ਹੈ ਜੀ ਉਡੀ ਤੁੜਕ ਮਾਰਦੀ ਹੋਣੀ ਸੀ ਬੈਠ ਤੇ ਮੈਂ ਤੁਹਾਨੂੰ ਇੱਕ ਵਾਰੀ ਬੱਚਾ ਜਿਹੜਾ ਫੀਮੇਲ ਕਾ ਆ ਬੱਚੀ ਉਹ ਦਿਖਾ ਦਿੰਦਾ ਠੀਕ ਹੈ ਜੀ ਆਹ ਮਗਰ ਬੱਚੀ ਆ ਫੀਮੇਲ ਕਾ ਠੀਕ ਆ ਤੇ 32 ਕਿੰਨਾ ਦੱਸਿਆ ਮੁੱਲ 32,000 ਜੀ 32 ਕਰਕੇ 33 ਕਰਕੇ 29,000 ਦੀ ਵਧਿਆਂਗੇ 29 ਹਾਂ ਨਾ ਜਿਹੜੀ 29 ਹਾਂ ਯਾਰ ਨਾ ਨਾ ਜੀ ਜੋ ਭੈਣ ਭਰਾ ਦਾ ਕੋਈ ਮਾਨ ਤਾਨ ਕਰਾਂਗੇ ਠੀਕ ਹੈ ਜੀ ਦੂਰੋਂ ਚੱਲ ਕੇ ਆਏਗਾ ਠੀਕ ਹੈ ਜੀ ਲਓ ਵੀ 29,000 ਜਿਹੜੀ ਆ ਦੋਸਤੋ ਹਾਂ ਨਾ ਹੈਗੀ ਠੀਕ ਹੈ ਤੇ ਅਗਲੀ ਬੈਡ ਬਿਲਕੁਲ ਚੌਥੇ ਨੰਬਰ ਤੇ ਆ ਗਈ ਬਾਰੇ ਤੇ ਇਹ ਤਾਂ ਮਤਲਬ ਬੱਚਾ ਨਹੀਂ ਇਹ ਕੋਈ ਕੋਈ ਲਾਵੇ ਸ਼ਾਮ ਹੀ ਨਾ ਸੋਈ ਭਾਵੇਂ ਲਾਵੇ ਚੌਂ ਦੀ ਕੋਈ ਅੱਠਾਂ ਦੀ ਤੇ ਇਹਦੇ ਥੱਲੇ 7 ਕਿਲੋ ਦੁੱਧ ਹੈ ਵੇਲੇ ਜਿਹੜਾ ਬਿਲਕੁਲ ਚਵਾਦਾ ਬਿਲਕੁਲ ਚਵਾਦ ਬਿਲਕੁਲ ਠੰਡੀ ਦੀ ਕੋਈ ਰੱਸੀ ਨਹੀਂ ਪਾਉਣੀ ਕੋਈ ਜੂੜ ਨਹੀਂ ਪਾਉਣਾ ਕੱਖ ਨਹੀਂ ਕਰਨਾ ਬਿਲਕੁਲ ਠੰਡੀ ਡੇਢ ਮਹੀਨੇ ਦਾ ਸੂਆ ਕਿੰਨੇ ਦਾ ਇਹ ਨਹੀਂ ਹੁਣ ਪਤਾ ਭਾਵੇਂ 2 ਮਹੀਨੇ ਦੀ ਵੀ ਹੋ ਸਕਦੀ ਢਾਈਆਂ ਦੀ ਵੀ ਹੋ ਸਕਦੀ ਮਿਲਦੀ ਦੋਵੇਂ ਟਾਈਮ ਸੋਚਣਾ ਲੈ ਦੋਵੇਂ ਟਾਈਮ ਬਿਲਕੁਲ ਕਿਤੇ ਕੋਈ ਗੱਲ ਨਹੀਂ ਦੀ ਦੋਵੇਂ ਟਾਈਮ ਦੋਨੋਂ ਟਾਈਮ ਦੁੱਧ ਭਾਜੀ ਕਿੰਨਾ ਦੱਸਿਆ ਸੀ ਦੁੱਧ 7 ਕਿਲੋ 7 ਕਿਲੋ ਠੀਕ ਆ ਬਿਨ ਬੱਚੇ ਤੋਂ ਪਾਸੇ ਇਸੇ ਤਰ੍ਹਾਂ ਥਾਪੇ ਜਾਂ ਪਹਾੜੇ ਤੇ ਤੁਸੀਂ ਜਿਹੜੀ ਚਵਾਈ ਕੋਈ ਲੱਤ ਨਹੀਂ ਕੋਈ ਛੱਡਨੇ ਇਹਨੇ ਆ ਕੇ ਜੀ ਨਹੀਂ ਲੈ ਗੜੀ ਨਹੀਂ ਨੇ ਹੋਰ ਗੱਲ ਕੋਈ ਨਹੀਂ ਖੋਲ ਦਗੇ ਜੀ ਠੀਕ ਆ ਲੋ ਜਾ ਪੁੱਤ ਓਏ ਉਹਨੂੰ ਡਰਦੀ ਬਾਕੀ ਆਪੋ ਆਪਣੀ ਸਮਝ ਆ ਜਿਹੜੀ ਦੋਸਤੋ ਤੁਸੀਂ ਮੰਨ ਲਿਓ ਠੀਕ ਆ ਆਪਣੀ ਸਮਝ ਦੇ ਨਾਲ ਤੁਸੀਂ 1.5 ਮਹੀਨਾ ਮੰਨ ਸਕਦੇ ਹੋ 2 ਮੰਨ ਸਕਦੇ ਹੋ ਬਸ ਬਸ ਆਓ ਚਾਰ ਵੀ ਮੰਨ ਲੈ ਤਾਂ ਵੀ ਆਪਣਾ ਗੁੱਸਾ ਨਹੀਂ ਕੋਈ ਬਿਲਕੁਲ ਆਪਾਂ ਤੋਪੜਾ ਨਿਭਾ ਨਾ ਲਈਏ ਠੀਕ ਆ ਤੇ 7 ਕਿ ਲੀਟਰ ਦੀ ਚਵਾਈ ਹੈਗੀ ਇਹਦੇ ਥੱਲੇ ਚਲੋ ਕਈ ਜਾਂ ਹੁੰਦਾ ਕਿ ਭੈਣ ਭਰਾ ਨੂੰ ਵੀ ਦੁੱਧ ਦੀ ਲੋੜ ਹੈ ਗਰਮੀ 'ਚ ਬਿਲਕੁਲ ਲੈ ਸਕਦਾ ਤੇ ਗਾਂ ਚੰਗੀ ਮਤਲਬ ਇਹ ਬਿਲਕੁਲ ਓਕੇ ਠੰਡੀ ਧੀਰੀ ਭਾਵੇਂ ਇਤਰਾ ਹੀ ਆ ਵੇਖੋ ਕੋਈ ਇਹਦਾ ਮਤਲਬ ਨਹੀਂ ਭਾਵੇਂ ਇਤਰਾ ਵੀ ਆਪਾਂ ਬਹਿ ਜਾਈਏ ਨਾ ਥੱਲੇ ਇਸੇ ਰੱਸਾ ਛੱਡ ਕੇ ਵੀ ਕੋਈ ਪ੍ਰੋਬਲਮ ਨਹੀਂ ਗੀ ਤੇ ਜਿਤਨਾ ਮਰਜ਼ੀ ਬਹਿ ਜਾਈਏ ਜਿਤਨਾ ਮਰਜ਼ੀ ਜੋੜ ਕੇ ਆ ਲਓ ਵੇਖੋ ਠੀਕ ਆ ਬਿਲਕੁਲ ਸਾਫ ਸੁਥਰੀ ਠੰਡੀ ਧੀਰੀ ਆ ਪੂਰੀ ਬੈਡ ਤੇ ਆ ਫੇਸ ਕੁਆਲਿਟੀ ਬਹੁਤ ਸੋਹਣੀ ਠੀਕ ਹੈ ਜੀ ਹਾਂਜੀ ਕਮਾਲ ਗਿਆ ਜੀ ਬਿਲਕੁਲ ਵਾਜਬੀ ਰੇਟ ਨੇ ਦੋਸਤੋ ਜਿੰਨਾ ਕੁ ਦੁੱਧ ਆ ਥੱਲੇ ਉਸ ਅਕੋਰਡਿੰਗ ਵੀ ਤੁਸੀਂ ਦੇਖ ਲਓ ਬਾਕੀ ਰੁੱਤ ਦੇ ਹਿਸਾਬ ਨਾਲ ਵੀ ਦੇਖ ਲਓ ਬਿਲਕੁਲ ਵਾਜਬੀ ਰੇਟ ਆ ਛੋਟੇ ਫਾਰਮਰ ਵਾਸਤੇ ਆ ਜਿਹੜੇ ਥੋੜ੍ਹਾ ਪੈਸਾ ਖਰਚ ਕਰਕੇ ਤਕਰੀਬਨ ਕੋਈ ਆਈ ਚਲਾਈ ਜਿਹੜੀ ਵਧੀਆ ਚੱਲ ਜੂਗੀ ਠੀਕ ਆ ਜੀ ਉਹ ਵੀ ਨੋਰਮਲ ਬੈੜਾ ਬਾਕੀ ਬੈੜਾ ਹੈ ਸੋਹਣੀਆਂ ਨੇ ਅੱਗੇ ਬਣ ਜਾਂਦੀਆਂ ਨੇ ਦੇਖਦੇ ਆ ਦੋਸਤੋ ਵਾਧੇ ਹੋਣਗੇ ਪਹਿਲੀ ਵੀਡੀਓ ਵੇਖ ਨਾ 2-4 ਭੈਣਾਂ ਦਾ ਵੀ ਵਿੱਚੋਂ ਫੋਨ ਆਇਆ ਵੀ ਸਾਨੂੰ ਦੁੱਧ ਬੱਚਿਆਂ ਵਾਸਤੇ ਜਾਂ ਘਰ ਹੱਥ ਚਾਹੀਦੀਆਂ ਤੇ ਉਦੋਂ ਮਤਲਬ ਹੈਗੀਆਂ ਨਹੀਂ ਹੌਲੀਆਂ ਗਾਈ ਇਸੇ ਕਰਕੇ ਮੈਂ 2 ਐਰਕੀ ਲਿਆਂਦੀਆਂ ਚਲੋ ਕੋਈ ਭੈਣ ਭਰਾ ਜਿਹੜਾ ਜਿਹਨੂੰ ਲੋੜ ਆ ਉਹਦੀ ਲੈ ਸਕਦਾ ਤੇ ਬਿਲਕੁਲ ਗਰੰਟੀ ਨਾਲ ਸਾਫ ਸੁਥਰੀਆਂ ਬਿਲਕੁਲ ਜੀ ਤੇ ਮੋਲੇ ਦਾ ਭਾਜੀ ਫਿਰ ਕਿੰਨਾ ਕਰਦਾ ਮੋਲੇ ਦਾ ਬਸ 17 ਕਰਕੇ 18 ਕਰਕੇ 14,000 ਰੁਪਏ ਦਿਆਂਗੇ 14 ਦੀ ਹਾਂ ਬਿਲਕੁਲ ਜੋ ਜਾਇਜ਼ ਰੇਟ ਠੀਕ ਹੈ ਜੀ 14,000 ਦੀ ਜਿਹੜੀ ਆ ਦੋਸਤੋ ਚੌਥੇ ਨੰਬਰ ਤੇ ਬੈੜਾ ਪਤਾ ਨੂੰ ਦਿਖਾਈ ਆ ਹਾਂ ਨਾ ਹੈਗੀ 14,000 ਦੀ ਠੀਕ ਹੈ 17 ਕਰ ਲਈਏ 18 ਕਰ ਲਈਏ ਕੋਈ ਗੱਲ ਨਹੀਂ ਗੀ ਬਿਲਕੁਲ ਪਰ 14,000 ਦੀ ਆ ਮਹਾਨਾ ਦਿਆਂ ਠੀਕ ਹੈ ਜੀ ਹਾਂ ਤੇ ਅੱਗੇ ਆ ਜੀਏ ਜੀ
ਅੱਗੇ ਆ ਜਾਈਏ। ਇਹ ਸਰਦਾਰ ਜੀ ਇਹ ਵੀ ਤੋਕੜਿਆ, ਹਾਂਜੀ 50 ਦਿਨਾਂ ਦਾ ਟੀਕਾ ਭਰਿਆ ਅਗਲਿਆਂ ਦੀ ਕਹਿਣ ਦੇ, ਤੇ ਮਤਲਬ ਸ਼ਾਹੀ ਵਾਲ ਚਾਹ ਹੁੰਦੀ ਆ ਤੇ ਬਿਲਕੁਲ ਇਹ ਵੀ ਠੰਡੀ। ਆ ਵੇਖੋ ਭਾਵੇਂ ਇਹਨੂੰ ਇੱਥੇ ਇੱਥੇ ਧਾਰਾਂ ਇੱਥੇ ਮਾਰੀ ਜਾਈਏ ਕੋਈ ਮਤਲਬ ਨਹੀਂ। ਵੇਖੋ ਅਸੀਂ ਦੁਪਹਿਰ ਮੈਂ ਚੋ ਕੇ ਲਿਆਂਦੀ, ਵੇਖੋ ਇਹ ਕਈ ਗਰਮ ਹੁੰਦੀਆਂ ਨਾ, ਕੋਈ ਇਹੋ ਜਿਹਾ ਮਤਲਬ ਨਹੀਂ। ਵੇਖੋ ਲਓ ਵੀ ਠੀਕ ਆ, ਤੇ 1.5 ਮਹੀਨੇ ਦਾ ਟੀਕਾ ਭਰਿਆ ਜੀ, 50 ਦਿਨਾਂ ਦਾ ਟੀਕਾ ਭਰਿਆ ਵਾ, 50 ਦਿਨਾਂ ਦਾ, ਤੇ ਉਹਦੀ ਗਰੰਟੀ ਕੋਈ ਨਹੀਂ, ਮਤਲਬ ਚੈੱਕ ਨਹੀਂ ਮੈਂ ਕਰਾਈ, ਅੱਜ ਹੀ ਆਈ ਆਪਣੇ ਕੋਲੇ। ਬਿਲਕੁਲ ਦੁਪਹਿਰੇ ਮਤਲਬ ਚੋ ਕੇ ਤੇ ਮੈਂ ਫੇਰ ਲਿਆਂਦੀ ਜੀ, ਮਤਲਬ 10 ਵਜੇ ਚੋ ਕੇ ਜਾ ਕੇ ਤੇ ਫੇਰ ਮੈਂ ਲਿਆਂਦੀ ਸਾਫ ਵੇਖ ਕੇ ਤਣਾ। ਤੇ ਹਾਜ਼ਰ ਕਿੰਨਾ ਦੁੱਧ ਹੁੰਦਾ ਜੀ? ਹਾਜ਼ਰ ਇਹ ਥੱਲੇ 5 ਕਿਲੋ ਦੁੱਧ, ਬਿਲਕੁਲ 6 ਆ, ਪਰ ਆਪਾਂ 5 ਲਈ ਕਿਉਂ ਅੱਜ ਆਈ ਤੇ ਹੋ ਸਕਦਾ ਦਿਲ ਨਾ ਲਾਵੇ ਦਿਹਾੜੀ। ਦੋਨੋਂ ਟਾਈਮ ਮਿਲਦੀ? ਦੋਵੇਂ ਟਾਈਮ, ਕੋਈ ਮਤਲਬ ਨਹੀਂ, ਭਾਵੇਂ 3 ਟਾਈਮ ਕੋਈ ਚੋਲਵੇ, ਇਹਨੂੰ ਕੋਈ ਲੱਤ ਛੱਡ ਨਹੀਂ ਮਾਰਨ ਵਾਲੀ, ਰੁਖਾ ਹੀ ਦਿੱਤੀ ਮੈਂ। ਬਿਲਕੁਲ ਕੋਈ ਮਤਲਬ ਨਹੀਂ, ਠੀਕ ਹੈ ਖੋਲ ਲਈ ਜੀ। ਬਾਕੀ ਪੂਰੀ ਭਾਰੀ ਆ, ਠੀਕ ਆ, ਵਜਨ ਵੱਟੇ ਵਾਲੀ ਆ, ਪੂਰੀ ਭਾਰੀ ਆ ਤੇ ਕੁਲੀ ਪਈ ਆ, ਬਿਲਕੁਲ ਸਰੀਰਕ ਬਣਤਰ ਵੇਖੀ ਤੇ ਕੁਲੀ ਪਈ, ਹੋ ਸਕਦਾ 50 ਦਿਨਾਂ ਦੀ ਏਆਈ ਹੋਈ ਆ ਤੇ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਕਿਸਮਤ ਹੋਵੇ ਵੀ ਨਿਕਲ ਵੀ ਸਕਦੀ ਹੈ। ਠੰਡੀ ਤੇਰੀ ਆ, ਕੋਈ ਡਰਾਕਲ ਭਜਾਕਲ ਨਹੀਂ, ਨਾ 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 ਕੋਈ ਮਤਲਬ ਨਹੀਂ। ਆ ਕਰੋ ਚੈੱਕ ਸਾਫ ਸੁਥਰੀ ਤੇ ਧੁੰਨ ਵੇਖੋ ਕਿੱਡਾ ਥੱਲੇ ਲੱਗਾ। 25 ਦੇ ਵੀ ਮਤਲਬ ਅਨਸਰਾਂ ਦੇ ਭਾਣਾ ਵਾ ਤੇ ਬਿਲਕੁਲ ਜਾਇਜ਼ ਆ ਬਸ। ਬਿਲਕੁਲ ਜੀ, ਲੈਂਥ ਬੜੀ ਵੇਖੋ, ਵੈਡ ਲੰਬਾਈ ਲਈ ਵੇਲ ਬੜੀ ਆ, ਬਹੁਤ ਬਹੁਤ ਲੋ ਬਗਰ ਨਾ ਸਹੀ। ਲੋ ਵੀ ਭਰਾਵੋ, ਠੀਕ ਆ, ਵੈਡ ਬਿਲਕੁਲ ਤੋਕੜਾਂ ਦੇ ਭਾਣਾ ਭਾਜੀ ਹੋਣਾ ਲਈ ਆ, 50 ਦਿਨਾਂ ਦੀ ਮਤਲਬ ਵੀ ਏਆਈ ਹੋਈ ਆ, ਬਿਲਕੁਲ ਖਰੇ ਸੱਚੇ ਤੇ ਠੰਡੀ ਧੀਰੀ ਵੇਖੋ ਮਗਰੋਂ ਦੀ, ਠੀਕ ਆ, ਬਾਕੀ ਅੱਗੇ ਇਲਾਕਾ ਜੇ ਨਿਕਲ ਵੀ ਸਕਦੀ ਆ, ਨਿਕਲ ਵੀ ਸਕਦੀ ਆ, ਠੀਕ ਆ, ਤੇ ਇਹ ਲੈਣੇ ਦੇਣੇ ਕੀ ਹੈਗੇ ਜੀ ਇਹਦੇ? ਬਸ ਇਹ ਕਿਸੇ ਦੀ ਕਿਸਮਤ ਆ, ਬਿਲਕੁਲ ਜੀ, ਵੀ ਇਹ ਨਿਕਲ ਆਵੇ ਜਾਂ ਨਾ ਨਿਕਲ ਆਵੇ, ਹੈ ਠੀਕ ਹੈ ਜੀ। ਹਾਂ ਤੇ ਕੀ ਭਾਜੀ ਲੈਣ ਦੇਣ? ਲੈਣ ਦੇਣ ਆਪਾਂ ਮੁੱਲ ਕਰੀਏ 12, ਆਪਾਂ ਕਰੀਏ 13, 11,000 ਦੀ ਵਛੀ ਦੇ ਦਿਆਂਗੇ, 11 ਦੀ, ਹਾਂ ਬਿਲਕੁਲ ਜਾਇਜ਼, 5 ਕਿਲੋ ਦੁੱਧ ਦੀ ਬਿਲਕੁਲ ਗਰੰਟੀ, ਕੋਈ ਭੂ ਛੱਟਾ ਨਾ ਹੋ, ਠੀਕ ਆ, ਹਾਂ ਤੇ ਕੋਈ ਭਾੜੇ ਦੀ ਲੋੜ ਨਹੀਂ, ਕੋਈ ਜੂੜ ਦੀ ਲੋੜ ਮੈਨੂੰ, ਠੀਕ ਹੈ ਜੀ। ਹਾਂ ਲਓ ਵੀ ਦੋਸਤੋ ਇਹ ਵਹਿੜਾ ਸੀਗੀਆਂ, ਜਾਇਜ਼ ਰੇਟ ਆਪਣੇ ਤੇ ਜਾਇਜ਼ ਰੇਟ 12,000 ਤੋਂ ਲੈ ਕੇ ਤੁਸੀਂ ਲਾ ਸਕਦੇ ਹੋ 35-36 ਤੱਕ ਵਹਿੜਾ, ਜਿਹੜੀਆਂ 52,000 ਵਾਲੀ ਵਹਿੜ ਵੀ ਤੁਹਾਨੂੰ ਦਿਖਾਤੀ ਹੈ, 55,000 ਮੁੱਲ ਸੀਗਾ, ਠੀਕ ਆ, ਤੇ 53-54,000 ਦੀ ਵਹਿੜ ਆ, ਚਵਾਈ ਜਿਹੜੀ ਆ ਸੋਹਣੀ ਚਵਾਈ ਲੱਗੀ ਇਸ ਵੈਟ ਦੀ ਵੀ, ਠੀਕ ਹੈ, ਬਾਕੀ ਤੁਸੀਂ ਨੋਰਮਲੀ ਚਵਾਈ ਕਰਕੇ ਵੇਖ ਲੈਣੀ, ਸਵੇ ਪਸ਼ੂ ਦਾ ਜਿਹੜਾ ਇਹ ਵਾਧਾ ਹੈਗਾ ਵੀ ਚਵਾਈ ਕਰਕੇ ਆਪਾਂ ਵੇਖ ਸਕਦੇ ਹਾਂ, ਠੀਕ ਹੈ। ਇਸ ਤੋਂ ਬਾਅਦ ਇੱਕ ਜਿਹੜੀ ਆ ਝੋਟੀ ਆ ਭਾਜੀ ਹੁਣਾਂ ਦੇ ਕੋਲ, ਝੋਟੀ ਦੀ ਵੀ ਆਪਾਂ ਡਿਟੇਲ ਲੈ ਲੈਂਦੇ ਹਾਂ, ਤੇ ਇਹਦੀ ਭਾਜੀ ਕੀ ਡਿਟੇਲ ਆ, ਸੂਆ ਕਿਨਮਾ? ਇਹ ਭਾਜੀ ਪਹਿਲੇ ਸੂਏ ਸੂਈ ਆ ਜੀ, ਤੇ 6 ਕਿਲੋ ਦੁੱਧ ਦੇ ਥੱਲੇ ਅੱਜ ਹੀ ਆਈ ਆਪਣੇ ਕੋਲ ਹੁਣੇ, ਠੀਕ ਹੈ ਜੀ, ਮਤਲਬ ਅੱਜ ਹੀ ਮਤਲਬ ਇਹ 20 ਮਿੰਟ ਹੋ ਗਏ ਨੂੰ ਗੱਡੀ ਦੇ ਲੱਥੀ ਨੂੰ, ਠੀਕ ਹੈ ਜੀ, ਅੱਜ ਹੀ ਆਈ ਹੈ ਤੇ ਇਹਦੇ ਥੱਲੇ 6 ਕਿਲੋ ਦੁੱਧ ਆ, ਹਾਂਜੀ, ਉਹਨਾਂ ਦੇ ਕਹਿਣ ਦੇ ਮੁਤਾਬਕ 2 ਮਹੀਨੇ ਦਾ ਟੀਕਾ ਭਰਿਆ ਨੂੰ, ਚੈੱਕ ਨਹੀਂ ਕਰਾਈ, ਓਕੇ, ਇਹ ਵੀ ਕਿਸਮਤ, ਜੇ ਕੋਈ ਭਰਾ ਜੋ ਚੈੱਕ ਕਰਾਉਣੀ ਚਾਹੁੰਦਾ ਉਹਦੇ ਉਹਦਾ ਰੇਟ ਵੱਖਰਾ ਕਰ ਲਾਂਗੇ, ਠੀਕ ਹੈ, ਜੇ ਉਤਰਾ ਖੜਨੀ ਚਾਹੁੰਦਾ ਉਹਦੇ ਅਗਲੇ ਦਿਨ ਸੀ, ਮਤਲਬ ਦੋ ਰੇਟ ਪਾਉਂਦੇ ਆ, ਜੇ ਤਾਂ 2 ਮਹੀਨਾ ਦੀ ਚੈੱਕ 60 ਦਿਨ ਦੀ ਨਿਕਲ ਆਈ, ਫਿਰ ਉਹ ਹਿਸਾਬ ਦਾ ਮੁੱਲ ਹੋ ਜਾਊਗਾ ਜੀ, ਉਸ ਹਿਸਾਬ ਦਾ ਕਰ ਲੈਨੇ ਆ, ਓਕੇ, ਬਾਕੀ ਥੋੜਾ ਜਿਹਾ ਮੈਂ ਦੋਸਤੋ ਬਿਲਕੁਲ ਦੂਰੀ ਤੋਂ ਵਿਖਾਉਣ ਦੀ ਕੋਸ਼ਿਸ਼ ਕਰੂੰਗਾ, ਕਿਉਂਕਿ ਪਸ਼ੂ ਜਿਹੜਾ ਦੋਸਤੋ ਝੋਟੀ ਆ, ਨਵੀਂ ਝੋਟੀ ਆ ਤੇ ਪਹਿਲਾਂ ਝੋਟੀ ਸੂਈ ਸੀ ਇਹ, ਪਹਿਲਾਂ ਤੇ ਮਤਲਬ 12 ਕਿਲੋ ਇਹ ਪਹਿਲਾਂ ਦਿੰਦੀ ਰਹੀ ਆ, ਠੀਕ ਹੈ, ਉਤਰਾ ਨਹੀਂ ਕੁਝ ਵੀ ਆਂਦੀ, ਸਿਰਫ ਇਹੋ ਵੀ ਹੁਣ ਆਈ ਕਰਕੇ ਦਰਦ ਦਾ ਡੰਗਰ, ਬਿਲਕੁਲ ਜੀ, ਤੇ ਦੁੱਧ ਕਿੰਨਾ ਹਾਜ਼ਰ? 6 ਕਿਲੋ ਜੀ, 6 ਕਿਲੋ, ਠੀਕ ਹੈ, 6 ਕਿਲੋ ਦੁੱਧ ਜਿਹੜਾ ਬਿਲਕੁਲ ਹਾਜ਼ਰ, ਦੋਵੇਂ ਵੇਲੇ ਦੋਵੇਂ ਵੇਲੇ ਪਹਾੜੇ ਨਾ ਮਿਲਦੀ, ਕੋਈ ਕੀ ਗੱਲ ਕੋਈ ਕੱਦ ਕੂ ਤਾਂ ਵਧੀਆ ਪੂਰਾ ਉੱਚਾ ਹੈ, ਠੀਕ ਹੈ, ਕੱਦ ਕਾਠੀ ਉੱਚਾ ਹੁੰਦਾ ਹੈ।
ਆ ਮੂੰਹ ਮੱਥੇ ਦੀ ਫੇਸ ਬਿਲਕੁਲ ਸਾਫ਼ ਹੈ ਜੋ ਇਹ ਪੂਰੀ ਬੰਦੇ ਜਿਹੜੀ ਉੱਚੀ ਹੈ ਬਿਲਕੁਲ ਜੀ ਬਿਲਕੁਲ ਨਿੱਕੀ ਜੀ ਝੋਟੀ ਨਹੀਂ ਗੀ ਇਹਦੇ ਕੋਈ ਘਰ ਸੰਜਣ ਸਾਹਮਣ ਵਾਲਾ ਹੋਵੇ ਤੇ ਬਹੁਤ ਵਧੀਆ ਝੋਟੀ ਮਾਰੀ ਨਹੀਂ ਬਿਲਕੁਲ ਤੇ 2 ਕੁ ਮਹੀਨੇ ਦੀ ਏ ਆਈ ਹੋਈ ਹੈ ਹੋਈ ਆ ਚੈੱਕ ਨਹੀਂ ਆਪਾਂ ਕਰਾਈ ਉਹ 2 ਰੇਟ ਆਪਾਂ ਕਰ ਲੈਣੇ ਜੇ ਨਿਕਲ ਆਵੇ ਉਹ ਉਸੇ ਹਿਸਾਬ ਨਾਲ ਲੱਗ ਜੂ ਜੇ ਨਾ ਨਿਕਲੇ ਤੇ ਚਲੋ ਉਹ ਤੋਕੜ ਦੇ ਭਾਣ ਫਿਰ ਉਹ ਲੱਗ ਜੂ ਬਿਲਕੁਲ ਠੀਕ ਹੈ ਜੀ 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 ਤੇ ਤੋੜ ਲਈਏ ਮੜਾ ਜੀ ਬਾਕੀ 6 ਕੁ ਕਿਲੋ ਚਵਾ ਦਾਂਗੇ ਹਨਾ ਜੀ 6 ਕਿਲੋ ਦਾ ਪੱਕਾ ਵਾ ਦੋਨੋਂ ਟਾਈਮ ਮਿਲਦੀ ਹੈ ਦੋਵੇਂ ਟਾਈਮ ਦੋਵੇਂ ਟਾਈਮ ਭਾੜੇ ਨਾਲ ਠੀਕ ਹੈ ਦੋਵੇਂ ਟਾਈਮ ਬਿਲਕੁਲ ਭਾੜੇ ਜੇ ਉਤਰਾ ਖੜਨੀ ਚਾਹੁੰਦਾ ਫਿਰ 44,000 ਦੀ ਆਪਾਂ ਦੇ ਦਿਆਂਗੇ ਹਾਂ ਨਾ ਜੀ 44 ਦੀ ਉਤਰਾ ਫਿਰ ਉਹਦੀ ਨਸੀਬ ਜੇ ਨਿਕਲੂਗੀ ਝੋਟੀ ਘੁਲੀ ਪਈ ਆ ਫਿਰ ਅਗਲੇ ਦੇ ਸੱਜਣ ਦੇ ਨਸੀਬ ਬਿਲਕੁਲ ਜੀ ਦੁੱਧ 6 ਕਿਲੋ ਹਾਜ਼ਰ ਤੇ ਸੋਹਣੀ ਮਤਲਬ ਬਿਲਕੁਲ ਤਿਆਰ ਸੋਹਣੀ ਝੋਟੀ ਆ ਸਹੀ ਹੈ ਜੀ ਹਾਂ ਕਿ ਮੈਂ 1,25,000 ਦੀ ਝੋਟੀ ਆ ਮੁੜ ਕੇ ਠੀਕ ਹੈ ਜੇ ਕੋਈ ਸੱਜਣ ਉਹਦਾ 44 ਹੈ ਤੇ ਜੇ ਨਿਕਲ ਆਉਂਦੀ ਫਿਰ 54 ਫਿਰ 54,000 ਜੇ ਕੋਈ ਆਖੇ ਜੀ ਮੈਂ ਚੈੱਕ ਕਰਾ ਕੇ ਖੜਨੀ ਮੈਂ 54,000 ਭਰਦਾ ਤੇ ਫਿਰ ਆਪਾਂ ਚੈੱਕ ਕਰਾ ਦਿਆਂਗੇ ਨਹੀਂ ਤੇ 44,000 ਦੀ ਆਪਾਂ ਇਤਰਾ ਦੇ ਦਾਂਗੇ ਬਿਲਕੁਲ ਜੀ ਲੋਕ ਦੋਸਤੋ ਆਪਸ਼ਨਾਂ ਦੋਵੇਂ ਹੈਗੀਆਂ ਦੋਵੇਂ ਆਪਸ਼ਨ ਹੈਗਾ ਠੀਕ ਹੈ ਤੇ ਗੱਬਣ ਦੀ ਵੀ ਆ ਜੇ ਖਾਲੀ ਨਿਕਲਦੀ ਹੋਵੇ ਤੇ ਫਿਰ ਵੀ ਜਿਹੜੀ ਦੋਸਤੋ ਤੁਸੀਂ ਸਿਰਫ ਆਈ ਕਰਕੇ ਨਵੀਂ ਨਹੀਂ ਤਾਂ ਉਤਰਾ ਨਹੀਂ ਕੋਈ ਕੋਈ ਜੂੜ ਨਹੀਂ ਕੋਈ ਕੁਝ ਨਹੀਂ ਬਿਲਕੁਲ ਉਪਰੀ ਥਾਂ ਜਾ ਕੇ ਮਾੜਾ ਪਸੂ ਕਰਦਾ ਜੀ ਅੱਜ ਹੀ ਆਈ ਇਹ ਤੇ ਕੰਮ ਜਿਹੜੀ ਆ ਅੱਜ ਹੀ ਆਈਆਂ ਬਿਲਕੁਲ ਤੇ ਭਾਜੀ ਨਿਸ਼ਾਨ ਸਿੰਘ ਸੰਪਰਕ ਆਪਣੇ ਨੰਬਰ ਕੀ ਹੈ ਜੀ ਆਪਣਾ ਭਾਜੀ 84,49 47,847 ਇਸੇ ਤੇ ਵਟਸਐਪ ਚੱਲਦੀ ਆ ਇਸੇ ਤੇ ਆਪਣਾ ਮਤਲਬ ਫੇਸਬੁੱਕ ਸਭ ਕੁਝ ਚੱਲਦਾ ਹੈ ਠੀਕ ਹੈ ਇਹੋ ਹੀ ਲੋਕਲ ਨੰਬਰ ਹੈ ਓਕੇ ਜੀ ਹਾਂ ਤੇ ਬਹੁਤ ਅੱਗੇ ਵੀ ਭੈਣ ਭਰਾਵਾਂ ਦੇ ਵਾਧੂ ਫੋਨ ਆਇਆ ਤੇ ਮੈਂ ਤੇ ਇਹੋ ਆਣਾ ਵੀ ਬਿਲਕੁਲ ਰੇਟ ਜਾਇਜ਼ ਹੁੰਦੇ ਜਿਹੜੇ ਸੱਜਣ ਨੇ ਡੰਗਰ ਲੈਣਾ ਹੁੰਦਾ ਨਾ ਉਹੋ ਹੀ ਫੋਨ ਕਰਦਿਆ ਕਰੇ ਵੀ ਚਲੋ ਖਰਾਬ ਨਾ ਕਰੇ ਇੱਕ ਦੂਜੇ ਨੂੰ ਤੇ ਚੰਗਾ ਹੁੰਦਾ ਕੋਈ ਵੀ ਕਿਸੇ ਨੂੰ ਜੇ ਮੈਂ ਹੀ ਹੁਣ ਕਿਸੇ ਦਾ ਡੰਗਰ ਛੱਡਦਾ ਬਾਹਰ ਤੋ ਚੰਗਾ ਨਹੀਂ ਲੱਗਦਾ ਬੰਦਾ ਪਹਿਲਾਂ ਹਾਂ ਨਾ ਅਗਲੇ ਨੂੰ ਸਿੱਧੀ ਕਰੇ ਪਹਿਲਾਂ ਸੋਚ ਕੇ ਬੰਦਾ ਹਾਂ ਨਾ ਸੋਚ ਕੇ ਨਾ ਕਰਿਆ ਬਸ ਬਸ ਸਾਰਾ ਸਲਾਹ ਕਰ ਲੈ ਕਿ ਪਰਿਵਾਰ ਮੇਂਬਰਾਂ ਨਾਲ ਭੈਣ ਭਰਾ ਨਾਲ ਤੇ ਘਰ ਬਹਿ ਕੇ ਸਲਾਹ ਕਰਕੇ ਡੰਗਰ ਦੋ ਤਿੰਨ ਨਾਲ ਵੀਡੀਓ ਵੇਖ ਕੇ ਵੀ ਇਹ ਛੋਟਾ ਵਾ ਇਹ ਵੱਡਾ ਵਾ ਕੀ ਸਕਦਾ ਉਦੋਂ ਬਾਅਦ ਮੁੜ ਕੇ ਗੱਲ ਕਰੇ ਹਾਂਜੀ ਬਾਕੀ ਦੇ ਸਭ ਜੀ ਆਇਆਂ ਨੂੰ ਤੁਹਾਡਾ ਵੀ ਧੰਨਵਾਦ ਸੋ ਦੋਸਤੋ ਇਹ ਸਨ ਭਾਜੀ ਨਿਸ਼ਾਨ ਸਿੰਘ ਤੇ 5 ਬੈੜਾਂ ਨੇ ਪਹਿਲੇ ਨੰਬਰ ਤੇ ਬੈੜ ਤੁਹਾਨੂੰ ਮੈਂ 2 ਬੈੜਾਂ ਦਿਖਾਤੀਆਂ ਸੀ ਬਿਲਕੁਲ ਤਾਜ਼ੀਆਂ ਸੂਈਆਂ ਮਤਲਬ ਕਿ ਪਹਿਲਾਂ ਨਾਲ ਸੂਈਆਂ ਸੀ ਬੈੜਾਂ ਠੀਕ ਆ ਸੋਹਣੀ ਮਿਲਕਿੰਗ ਤੇ ਚੱਲਣ ਰਹੀਆਂ ਨੇ ਇੱਕ ਤਾਂ 15-16-16-17 ਲੀਟਰ ਤੇ ਚੱਲਣ ਰਹੀ ਆ ਠੀਕ ਆ ਤੇ ਬਾਕੀ ਵਿੱਚ ਤੋਕੜ ਗੱਬਣ ਤੋਕੜ ਜ਼ਿਆਦੀਆਂ ਹੈਗੀਆਂ ਨੇ ਤੋਕੜ ਵੀ ਹੈਗੀਆਂ ਨੇ ਬਿਲਕੁਲ ਭਾਅ ਵਾਜਬ ਜਿਹਾ ਹੈਗਾ ਰੇਟ ਬਿਲਕੁਲ ਜੈਨੂਅਨ ਆ ਥੋੜ੍ਹੇ ਰੇਟ ਦੇ ਵਿੱਚ ਆ ਜਿਹੜੇ ਵੀਰ ਨੇ ਕਿਸੇ ਨੇ ਠੀਕ ਆ ਜੀ ਨੋਰਮਲੀ ਚਾਹ ਪਾਣੀ ਵਾਸਤੇ ਲੈਣੀ ਹੈ ਬੈੜ ਅੱਗੇ ਸੀਜ਼ਨ ਨੂੰ ਵੇਖਦੇ ਹੋਏ ਥੋੜ੍ਹਾ ਜਿਹਾ ਜਿਵੇਂ ਕੰਮ ਕਾਜ ਵਾਲਾ ਸੀਜ਼ਨ ਆ ਗਿਆ ਅਤੇ ਉਹ ਜਿਹੜੇ ਵੀ ਭਾਅ ਇਸ ਵਾਰ ਜਿਹੜੇ ਰੇਟ ਹੈਗੇ ਆ ਉਸ ਤਰ੍ਹਾਂ ਦੀਆਂ ਬੈੜਾਂ ਜਿਹੜੀਆਂ ਲੈ ਕੇ ਭਾਜੀ ਹਾਜ਼ਰ ਹੋਏ ਆ 2-3 ਪੀਸ ਜਿਹੜੇ ਹੈਗੇ ਆ ਦੋਸਤੋ ਬਿਲਕੁਲ ਘੱਟ ਜੈਨੂਅਨ ਰੇਟ ਵਾਲੇ ਆ ਠੀਕ ਆ ਨੰਬਰਾਂ 'ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ